ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਇੱਕ ਨਵੀਂ ਵਿਧੀ ਰਿਕਮੈਂਡ ਕੀਤੀ ਹੈ ਪੂਰੇ ਪੰਜਾਬ ਦੇ ਲਈ ਬੜੀ ਖੁਸ਼ੀ ਦੀ ਗੱਲ ਹੈ ਸਾਰੇ ਪੰਜਾਬੀਆਂ ਦੇ ਲਈ ਕਿ ਇੱਕ ਨਵਾਂ ਤਰੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਲਈ ਦਿੱਤਾ ਹੈਗਾ ਇਹ ਤ ਤਰੀਕੇ ਦੇ ਨਾਲ ਆਪਾਂ ਪਿਛਲੇ 5 ਸਾਲ ਤੋਂ ਇਸ ਤਰੀਕੇ ਨੂੰ ਪ੍ਰਮੋਟ ਕਰ ਰਹੇ ਸੀਗੇ ਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਿਆ ਹਾਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੀ ਸਿਹਤਾਂ ਦੇ ਨਾਲ April 16 2020 ਸਭ ਤੋਂ ਪਹਿਲਾਂ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਸਤਿ ਸ਼੍ਰੀ ਅਕਾਲ ਜੇਕਰ YouTube ਚੈਨਲ ਤੇ ਨਵੇਂ ਤਾਂ ਮੇਰੀ ਖੇਤੀ ਮੇਰਾ ਖਸਾ YouTube ਚੈਨਲ ਤੁਸੀਂ ਲਾਲ ਬਟਨ ਅਪਕੇ ਸਬਸਕ੍ਰਾਈਬ ਕਰ ਸਕਦੇ ਹਾਂ ਦੋਸਤੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸੀਨੀਅਰ ਐਗਰੋਨੋਮਿਸਟ ਡਾਕਟਰ ਐਮ ਐਸ ਪੁੱਲਰ ਜੀ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਕੋਵਿਡ-19 ਦੇ ਡਰ ਦੇ ਕਰਕੇ ਕਿਸਾਨਾਂ ਦੇ ਵਿੱਚ ਡਰ ਪਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਲੇਬਰ ਦੀ ਪ੍ਰੋਬਲਮ ਆਵੇ। ਜਿਹਦੇ ਕਰਕੇ ਯੂਨੀਵਰਸਿਟੀ ਨੇ ਝੋਨੇ ਦੀ ਸਿੱਤੀ ਬਜਾਈ ਦੀ ਇੱਕ ਨਵੀਂ ਤਕਨੀਕ ਵਿਕਸਤ ਕੀਤੀ ਹੈ। ਇਹ ਜਿਹੜੀ ਨਵੀਂ ਤਕਨੀਕ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਪਿਛਲੇ 3 ਸਾਲ ਤੋਂ ਇਹਦੇ ਉੱਪਰ ਕੰਮ ਕਰ ਰਹੀ ਸੀਗੀ। ਅਤੇ ਪਿਛਲੇ ਸਾਲ ਇਹਨਾਂ ਨੇ ਪੂਰੇ ਹੀ ਪੰਜਾਬ ਦੇ ਵਿੱਚ ਇਸ ਦੇ ਉੱਪਰ ਟਰਾਇਲ ਲਗਾਈ। ਤੇ ਜਿਹੜੇ ਟਰਾਇਲ ਸੀਗੇ ਉਹ ਬੜੇ ਵਧੀਆ ਕਾਮਯਾਬ ਰਹੇ ਹੈ ਤਾਂ ਇਸ ਤਕਨੀਕ ਦੇ ਵਿੱਚ ਇਹਨਾਂ ਦਾ ਕੀ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਲੈਵਲਰ ਦੇ ਨਾਲ ਪੱਧਰਾ ਕਰ ਲੈਣਾ ਚਾਹੀਦਾ ਹੈ ਉਸ ਤੋਂ ਬਾਅਦ ਦੇ ਵਿੱਚ ਖੇਤ ਦੇ ਵਿੱਚ ਰੌਣੀ ਕਰਨੀ ਹੈ ਮਤਲਬ ਕਿ ਪ੍ਰੀ ਸੋਇੰਗ ਇਰੀਗੇਸ਼ਨ ਦੇਣੀ ਹੈ ਪ੍ਰੀ ਸੋਇੰਗ ਇਰੀਗੇਸ਼ਨ ਦੇਣ ਤੋਂ ਬਾਅਦ ਚ ਤਰਵੱਤਰ ਖੇਤ ਜਿਨ੍ਹਾਂ ਕਿ ਖੇਤ ਦੇ ਵਿੱਚ ਨਮੀ ਕਾਫੀ ਜ਼ਿਆਦਾ ਹੋਵੇ ਤਰਵੱਤਰ ਖੇਤ ਦੇ ਵਿੱਚ ਖੇਤ ਵਾਉਣ ਤੋਂ ਯਕਦਮ ਬਾਅਦ ਦੇ ਵਿੱਚ ਇਹ ਲੱਕੀ ਸੀਡ ਡ੍ਰੈਲ ਦੇ ਨਾਲ ਖੇਤ ਦੇ ਵਿੱਚ ਬਜਾਈ ਝੋਨੇ ਦੇ ਬੀਜ ਦੀ ਬਜਾਈ ਕਰ ਦੇਣੀ ਹੈ ਲੱਕੀ ਸੀਡ ਡ੍ਰੈਲ ਇਹਨਾਂ ਨੇ ਦੱਸਿਆ ਕਿ ਉਹ ਹੁੰਦੀ ਹੈ ਜਿਹਦੇ ਪਿਛਲੇ ਪਾਸੇ ਸਪਰੇ ਪੰਪ ਲੱਗਿਆ ਹੁੰਦਾ ਹੈ ਜਿਹੜਾ ਕਿ ਬਜਾਈ ਦੇ ਨਾਲ ਨਾਲ ਸਪਰੇ ਵੀ ਕਰਦਾ ਹੈ ਇਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਤੁਹਾਡੇ ਕੋਲ ਲੱਕੀ ਸੀਡ ਡ੍ਰੈਲ ਨਹੀਂ ਹੈਗੀ ਤਾਂ ਤੁਸੀਂ ਜਿਹੜਾ ਆਮ ਸੁਧਾਰਨ ਝੋਨਾ ਬੀਜਣ ਵਾਲੀ ਡ੍ਰਿੱਲ ਹੁੰਦੀ ਹੈ ਜਿਹਦੇ ਵਿੱਚ ਪਲੇਟ ਮੀਟਰਿੰਗ ਡਿਵਾਈਸ ਲੱਗਿਆ ਹੁੰਦਾ ਜਿਹੜੀ ਆਪਾਂ ਗੱਲ ਕਰਦੇ ਸੀਗੇ ਨਾ ਕਿ ਇੱਕ ਇਹ ਇੱਕ ਗੋਲ ਗਰਾਰੀ ਲੱਗੀ ਹੁੰਦੀ ਹੈ ਤਾਂ ਉਸ ਮਸ਼ੀਨ ਦੇ ਨਾਲ ਖੇਤ ਦੇ ਵਿੱਚ 8 ਤੋਂ 10 ਕਿਲੋਗ੍ਰam ਪ੍ਰਤੀ ਕਿੱਲੇ ਦੇ ਸਾਹ ਆਉ ਦੇਣਾ ਬੀਜ ਬੀਜ ਦੇਣਾ ਹੈ ਇਹਨਾਂ ਨੇ ਅੱਗੇ ਸਾਫ਼-ਸਾਫ਼ ਕਿਹਾ ਹੈ ਕਿ ਬਿਜਾਈ ਤੋਂ ਤੁਰੰਤ ਬਾਅਦ ਬਿਜਾਈ ਤੋਂ ਤੁਰੰਤ ਬਾਅਦ 1 ਲੀਟਰ ਸਟੌਂਪ ਦਵਾਈ 200 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਉਹਦਾ ਸਪਰੇਅ ਕਰ ਦੇਣਾ ਹੈ ਜਿਹੜਾ ਬੀਜ ਵਰਤਣਾ ਹੈ ਬੀਜ 8 ਤੋਂ 10 ਕਿਲੋਗ੍ਰam ਪ੍ਰਤੀ ਕਿੱਲੇ ਦਾ ਵਰਤਣਾ ਤੇ ਜਿਹੜਾ ਬੀਜ ਹੈਗਾ ਹੈ ਪੌਸ ਨੂੰ ਆਪਾਂ ਲਗਭਗ 8 ਘੰਟੇ ਤੱਕ ਪਾਣੀ ਦੇ ਵਿੱਚ ਭਿਉਂ ਕੇ ਰੱਖਣਾ ਹੈ ਤੇ ਇਸ ਭਿਉਂਤੇ ਹੋਏ ਬੀ ਨੂੰ ਵਿਜਣ ਤੋਂ ਪਹਿਲਾਂ ਛਾਵੇਂ ਸਕਾ ਲੈਣਾ ਤਾਂ ਬੀਜ ਦੀ ਟ੍ਰੀਟਮੈਂਟ ਆਸਤੇ ਇਹਨਾਂ ਨੇ ਰਿਕਮੈਂਡੇਸ਼ਨ ਅਲੱਗ ਤੋਂ ਦਿੱਤੀ ਹੈ ਕਿ ਜਿਹੜਾ ਬੀਜ ਹੈਗਾ ਜਿਹੜਾ ਛਾਵੇਂ ਸਕਾ ਲਿਆ ਬੀਜ ਤਾਂ 1 ਕਿਲੋ ਬੀ ਨੂੰ 3 ਗ੍ਰਾਮ ਸਪ੍ਰਿੰਟ ਦਵਾਈ 75 WS ਮੈਨਕੋਜ਼ੇ ਪਲੱਸ ਕਾਰਬੋਂਡੀਜ਼ਮ ਜਿਹੜੇ ਦੇ ਵਿੱਚ ਕਿ 3 ਗ੍ਰਾਮ ਦਵਾਈ ਦੇ ਵਿੱਚ 10 ਤੋਂ 12 ਐਮ ਐਲ ਪਾਣੀ ਪਾ ਕੇ ਇਹਦਾ ਪੇਸਟ ਬਣਾ ਲੈਣਾ ਤੇ ਉਸ ਪੇਸਟ ਨੂੰ ਹੱਥਾਂ ਦੇ ਨਾਲ ਦਾਣਿਆਂ ਦੇ ਉੱਤੇ ਛੱਸ ਲੈਣਾ ਹੈ ਅੱਗੇ ਇਹਨਾਂ ਨੇ ਕੀ ਲਿਖਿਆ ਕਿ ਖੇਤ ਨੂੰ ਪਹਿਲਾ ਪਾਣੀ 21 ਦਿਨਾਂ ਬਾਅਦ ਦੇਣਾ ਹੈ ਜਾਂ ਉਹ ਸਮੇਂ ਜਿਹੜੀ بارش ਦੇ ਹਿਸਾਬ ਦੇ ਨਾਲ ਪਾਣੀ ਦੇਣਾ ਹੈ ਤਾਂ ਦੋਸਤੋ ਇਹ ਜੋ ਮੈਂ ਵੀ ਤੁਹਾਨੂੰ ਪਹਿਲਾਂ ਗੱਲ ਕਰ ਰਿਹਾ ਸੀਗਾ ਕਿ ਪਿਛਲੇ 5 ਸਾਲ ਤੋਂ ਜਿਸ ਮੈਥਡ ਨੂੰ ਆਪਾਂ ਅਪਣਾ ਰਹੇ ਹਾਂ ਉਹ ਵੀ ਇਹੀ ਹੀ ਮੈਥਡ ਸੀਗਾ ਇੰਨੇ ਨੇ ਕਿਹਾ ਕਿ ਜੂਨ ਮਹੀਨੇ ਦੇ ਵਿੱਚ ਗਰਮੀ ਜ਼ਿਆਦਾ ਹੁੰਦੀ ਹੈ ਜਿਹਦੇ ਕਰਕੇ ਪਾਣੀ ਦਾ ਨੁਕਸਾਨ ਹੁੰਦਾ ਪਾਣੀ ਉੱਪਰ ਉੱਡਦਾ ਹੈ ਪਹਿਲੇ ਆ ਪਾਣੀ ਲੇਟ ਕਰਨ ਦੇ ਨਾਲ ਫੇ ਪਾਣੀ ਦੀ ਕਾਫੀ ਜ਼ਿਆਦਾ ਬਚਤ ਹੁੰਦੀ ਹੈ ਦੂਸਰੀ ਗੱਲ ਜਿਵੇਂ ਕਿ ਮੈਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਸੀਗੀ ਕਿ ਵੀ ਜਦੋਂ ਅਸੀਂ ਪਹਿਲੀ ਤਕਨੀਕ ਜਿਹੜੀ ਯੂਨੀਵਰਸਿਟੀ ਦੀ ਸੀਗੀ ਜਿਹਦੇ ਵਿੱਚ ਇਹ ਕਿਹਾ ਜਾਂਦਾ ਸੀਗਾ ਕਿ ਝੋਨਾ ਪਹਿਲਾਂ ਵੀ ਸੁੱਕੇ 'ਚ ਬੀਜ ਕੇ ਉੱਤੋਂ ਪਾਣੀ ਲਾਉਣਾ ਤੌਰ 'ਤੇ ਨਦੀਨ ਦੀ ਸਮੱਸਿਆ ਜ਼ਿਆਦਾ ਆਉਂਦੀ ਸੀਗੀ ਇਹ ਗੱਲ ਯੂਨੀਵਰਸਿਟੀ ਨੇ ਆਪਣੇ ਨਵੇਂ ਮੈਥਡ ਦੇ ਵਿੱਚ ਇਹਨਾਂ ਨੇ ਸਾਫ਼-ਸਾਫ਼ ਕਿਹਾ ਹੈਗਾ ਕਿ ਜੇਕਰ ਅਸੀਂ ਪਹਿਲਾਂ ਪਾਣੀ ਲੇਟ ਲਾਉਣੇ ਆ ਤਾਂ ਨਦੀਨਾਂ ਦੀ ਜਿਹੜੀ ਸਮੱਸਿਆ ਹੈਗੀ ਆ ਉਸ ਤੋਂ ਕਾਫੀ ਜ਼ਿਆਦਾ ਰਾਹਤ ਮਿਲਦੀ ਹੈ ਤੀਸਰੀ ਗੱਲ ਇਹਨਾਂ ਨੇ ਇਹ ਕਹੀ ਹੈ ਕਿ ਜਦੋਂ ਪਾਣੀ ਲੇਟ ਲਾਉਣੇ ਆ ਤਾਂ ਝੌਨੇ ਦੀਆਂ ਜੜਾਂ ਡੂੰਘੀਆਂ ਚਲੀਆਂ ਜਾਂਦੀਆਂ ਡੂੰਘੀਆਂ ਜਾਣ ਕਰਕੇ ਜਿਹੜਾ ਪਹਿਲੇ ਮੈਥਡ ਦੇ ਵਿੱਚ ਲੋਹੇ ਦੀ ਘਾਟ ਜ਼ਿਆਦਾ ਆਉਂਦੀ ਸੀਗੀ ਜਿਵੇਂ ਕਿ ਮੈਂ ਤੁਹਾਨੂੰ ਅਕਸਰ ਕਹਿਣਾ ਹੁੰਦਾ ਹੈ ਕਿ ਇਸ ਤਰੀਕੇ ਦੇ ਨਾਲ ਲੋਹੇ ਦੀ ਘਾਟ ਖੇਤ ਦੇ ਵਿੱਚ ਘਟ ਆਉਂਦੀ ਹੈ ਤਾਂ ਯੂਨੀਵਰਸਿਟੀ ਨੇ ਇਸ ਚੀਜ਼ ਦੇ ਉੱਪਰ ਵੀ ਮੋਹਰ ਲਾਈ ਹੈ ਚੌਥੀ ਗੱਲ ਕਿ ਇਹਨਾਂ ਦਾ ਕਹਿਣਾ ਹੈਗਾ ਕਿ ਜਿਹੜੀ ਨਵੀਂ ਤਕਨੀਕ ਹੈਗੀ ਹੈ ਨਾ ਜਿਹੜੀ ਇਹ ਨਵੀਂ ਤਕਨੀਕ ਹੈਗੀ ਹੈ ਇਹ ਤੁਸੀਂ ਦਰਮਿਆਨੀ ਮਿੱਟੀ ਤੋਂ ਲੈ ਕੇ ਭਾਰੀ ਮਿੱਟੀ ਦੇ ਵਿੱਚ ਆਰਾਮ ਦੇ ਨਾਲ ਅਪਣਾ ਸਕਦੇ ਹੋ ਕਿਹੜੀ-ਕਿਹੜੀ ਮਿੱਟੀ ਸੈਂਡੀ ਲੋਮ ਲੋਮ ਕਲੇ ਲੋਮ ਸੈਲਟ ਲੋਮ ਤਾਂ ਇਹਨਾਂ ਨੇ ਕਿਹਾ ਕਿ ਲਗਭਗ ਪੰਜਾਬ ਦਾ 87% ਇਲਾਕਾ ਇਹਨਾਂ ਮਿੱਟੀਆਂ ਵਾਲਾ ਹੈ ਮਤਲਬ ਕਿ ਪੰਜਾਬ ਦੇ 87% ਹਿੱਸੇ ਦੇ ਵਿੱਚ ਸਿੱਧੀ ਬਿਜਾਈ ਹੋ ਸਕਦੀ ਹੈ ਤਾਂ ਇਸ ਤੋਂ ਅੱਗੇ ਯੂਨੀਵਰਸਿਟੀ ਦਾ ਕੀ ਕਹਿਣਾ ਹੈਗਾ ਕਿ ਜਿਹੜਾ ਇਹਦਾ ਝਾੜ ਹੈ ਝਾੜ ਦੀ ਬਿਜਾਈ ਯੂਨੀਵਰਸਿਟੀ ਨੇ ਪ੍ਰਤੀ ਕਿੱਲਾ ਮੁਨਾਫੇ ਦੀ ਗੱਲ ਕੀਤੀ ਹੈ ਕਿ ਪ੍ਰਤੀ ਕਿੱਲਾ ਮੁਨਾਫਾ ਪ੍ਰਤੀ ਕਿੱਲਾ ਜਿਹੜਾ ਪ੍ਰੋਫਿਟ ਹੈਗਾ ਉਹ ਕੱਦੂ ਕੀਤੇ ਹੋਏ ਝੋਨੇ ਦਾ ਤੇ ਸਿੱਧੀ ਬਜਾਈ ਵਾਲੇ ਝੋਨੇ ਦਾ ਦੋਵਾਂ ਦਾ ਬਰਾਬਰ ਹੁੰਦਾ ਹੈ ਤਾਂ ਦੋਵਾਂ ਦਾ ਜਿਹੜਾ ਪ੍ਰੋਫਿਟ ਹੈਗਾ ਯੂਨੀਵਰਸਿਟੀ ਨੇ ਕਿਹਾ ਕਿ ਬਰਾਬਰ ਹੁੰਦਾ ਹੈ ਯੂਨੀਵਰਸਿਟੀ ਦਾ ਕਹਿਣਾ ਹੈਗਾ ਕਿ ਇਸ ਵਿਧੀ ਦੇ ਵਿੱਚ ਤੁਸੀਂ ਘੱਟ ਸਮੇਂ ਵਾਲੀਆਂ ਜਿਹੜੀਆਂ ਕਿਸਮਾਂ ਹੈਗੀਆਂ ਉਹਨਾਂ ਨੂੰ ਲਗਾਓ ਤਾਂ ਨਾਲ ਹੀ ਯੂਨੀਵਰਸਿਟੀ ਦੇ ਕਹਣਾ ਕਿ ਇਹ ਜਿਹੜੀ ਨਵੀਂ ਤਕਨੀਕ ਹੈਗੀ ਹੈ ਕਾਫੀ ਹੱਦ ਤੱਕ ਪਾਣੀ ਦੀ ਬਚਤ ਵੀ ਕਰਦੀ ਹੈ ਤਾਂ ਦੋਸਤੋ ਜਿਸ ਤਰੀਕੇ ਦੇ ਨਾਲ ਕਿ ਆਪਾਂ ਪਿਛਲੇ 5 ਸਾਲ ਤੋਂ ਜੋ ਮੈਥਡ ਨੂੰ ਪ੍ਰਮੋਟ ਕਰ ਰਹੇ ਸੀਗੇ ਉਹ ਵੀ ਇਹੀ ਮੈਥਡ ਸੀਗਾ ਐਸੇ ਮੈਥਡ ਦੇ ਨਾਲ ਆਪਾਂ ਕਿਸਾਨਾਂ ਨੂੰ ਕਹਿ ਰਹੇ ਸੀਗੇ ਕਿ ਝੋਨਾ ਲਗਾਇਆ ਜਾਵੇ ਪਰੰਤੂ ਕਿਤੇ ਨਾ ਕਿਤੇ ਅੰਦਰ ਡਰ ਵੀ ਹੁੰਦਾ ਸੀਗਾ ਕਿ ਯਾਰ ਆਪਾਂ ਤਾਂ ਕਾਮਯਾਬ ਹੋ ਗਏ ਆ ਜੇਕਰ ਕੋਈ ਕਿਸਾਨ ਫੇਲ ਹੋ ਜਾਂਦਾ ਹੈ ਤਾਂ ਕੱਲ ਨੂੰ ਕੋਈ ਆਪਣੇ ਤੇ ਪੁੱਛਦਾ ਕਿ ਯਾਰ ਤੂੰ ਕੌਣ ਹੋਣਾ ਹੈ ਤਾਂ ਉਹ ਸਮੇਂ ਜਿਹੜਾ ਹੈਗਾ ਕਿ ਡਰ ਲੱਗਦਾ ਸੀਗਾ ਕਿ ਯਾਰ ਮੈਥਡ ਰਿਕਮੈਂਡੇਸ਼ਨ ਦਾ ਕਿਦੋਂ ਹੈ ਨਹੀਂ ਇਹਦੀ ਪਰantu ਅੱਜ ਬੜੀ ਹੀ ਖੁਸ਼ੀ ਦਾ ਪਲ ਸੀਗਾ ਜਿਸ ਸਮੇਂ ਮੈਂ ਖਬਰ ਪੜੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜੋ ਕਿ ਪਿਛਲੇ 3 ਸਾਲ ਤੋਂ ਇਸ ਵਿਧੀ ਤੇ ਤਜਰਬਾ ਕਰ ਰਹੀ ਸੀ ਕਿ ਤੇ ਪਿਛਲੇ ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਪੂਰੇ ਹੀ ਪੰਜਾਬ ਦੇ ਵਿੱਚ ਟਰਾਇਲ ਲਾਈ ਤੇ ਅੱਜ ਇਹਨਾਂ ਨੇ ਇਹ ਵਿਧੀ ਪੰਜਾਬ ਦੇ ਕਿਸਾਨਾਂ ਦੇ ਲਈ ਰეკਮੈਂਡ ਕਰ ਦਿੱਤੀ ਹੈ ਡਾਕਟਰ ਭੁੱਲਰ ਨੇ ਇਹ ਕਿਹਾ ਕਿ ਇਸ ਤਕਨੀਕ ਨੂੰ ਵੱਧ ਤੋਂ ਵੱਧ ਕਿਸਾਨਾਂ ਨੂੰ ਅਪਣਾਉਣਾ ਚਾਹੀਦਾ ਤੇ ਜਿਹੜੀਆਂ ਇੱਕ ਕਿਸਮਾਂ ਦੀ ਇਹਨਾਂ ਨੇ ਗੱਲ ਕੀਤੀ ਹੈ ਕਿ ਘੱਟ ਸਮੇਂ ਵਾਲੀਆਂ ਕਿਸਮਾਂ ਉਹਨਾਂ ਦੀ ਬਿਜਾਈ 1 ਜੂਨ ਤੋਂ ਲੈ ਕੇ 15 ਜੂਨ ਦੇ ਵਿਚਾਲੇ ਕਰਨੀ ਚਾਹੀਦੀ ਹੈ ਇਹ ਕੱਦੂ ਵਾਲਾ ਝੋਨਾ ਲਾਉਣ ਤੋਂ ਪਹਿਲਾਂ ਮੈਂ ਕਿ ਕੱਦੂ ਵਾਲਾ ਝੋਨਾ ਖੇਤ ਚ ਲਾਉਣ ਤੋਂ ਪਹਿਲਾਂ ਮਤਲਬ ਕਿ 1 ਜੂਨ ਤੋਂ 15 ਜੂਨ ਫਸਟ ਫੋਰਟਨਾਈਟ ਆਫ ਜੂਨ ਦਾ ਮਤਲਬ ਹੈਗਾ ਇਹ 15 ਜੂਨ ਤੱਕ 1 ਜੂਨ ਤੋਂ 15 ਜੂਨ ਦੇ ਵਿਚਾਲੇ ਜਿਹੜਾ ਹੈਗਾ ਇਹਦੀ ਬਿਜਾਈ ਕਰਨੀ ਚਾਹੀਦੀ ਹੈ ਤਾਂ ਦੋਸਤੋ ਹੁਣ ਜਦੋਂ ਇਸ ਵਿਧੀ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਾਨਤਾ ਮਿਲ ਗਈ ਹੈ ਤਾਂ ਇਸ ਸਮੇਂ ਆਪਾਂ ਕਹਿ ਸਕਦੇ ਹਾਂ ਕਿ ਇਹ ਇੱਕ ਮੈਥਡ ਕਾਮਯਾਬ ਮੈਥਡ ਹੈ ਤਾਂ ਇਸ ਵਿਧੀ ਦੇ ਉੱਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੋਹਰ ਲੱਗਣਾ ਮਤਲਬ ਕਿ ਪੰਜਾਬ ਦੇ ਕਿਸਾਨ ਇਸ ਨੂੰ ਬੇਝਿਜਕ ਅਪਣਾ ਸਕਦੇ ਆ ਮੈਂ ਇਸ ਵਿਧੀ ਨੂੰ ਪੰਜਾਬ ਦੇ ਲਈ ਰეკਮੈਂਡ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਤੇ ਉਥੋਂ ਦੇ ਮਹਾਰ ਡਾਕਟਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿ ਜਿਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੀ ਪਾਣੀ ਦਾ ਪੰਜਾਬ ਦੀ ਮਿੱਟੀ ਦਾ ਧਿਆਨ ਰੱਖਦੇ ਹੋਏ ਇੱਕ ਜਿਹੜਾ ਨਵਾਂ ਮੈਥਡ ਹੈਗਾ ਇਹ ਪੰਜਾਬ ਦੇ ਕਿਸਾਨਾਂ ਨੂੰ ਸਮਰਪਿਤ ਕੀਤਾ ਹੈ ਦੋਸਤੋ ਇਸ ਵਿਧੀ ਦੀ ਇੱਕ ਖਾਸੀਅਤ ਜਿਹੜੀ ਕਿ ਮੈਂ ਆਪਣੇ ਖੇਤਾਂ ਦੇ ਵਿੱਚ ਦੇਖੀ ਹੈ ਕਿ ਜਿਹੜੇ ਖੇਤ ਦੇ ਵਿੱਚ ਸਾਨੂੰ 5 ਸਾਲ ਹੋ ਗਏ ਇਸ ਤਰੀਕੇ ਨਾਲ ਝੋਨਾ ਲਾਉਂਦੇ ਆ ਉਹ ਉਸ ਖੇਤ ਦੇ ਵਿੱਚ ਕਿਉਂਕਿ ਕੱਦੂ ਨਹੀਂ ਹੁੰਦਾ ਜੇ ਰੋ ਕੱਦੂ ਨਹੀਂ ਹੁੰਦਾ ਤਾਂ ਹਾਰਡ ਪੈਨ ਨਹੀਂ ਬਣਦੀ ਤੇ ਜੇ ਰੋ ਹਾਰਡ ਪੈਨ ਨਹੀਂ ਹੁੰਦੀ ਤਾਂ ਉਸ ਖੇਤ ਦੇ ਵਿੱਚ ਜਿਹੜੀ ਕਣਕ ਹੈ ਕਣਕ ਦਾ ਝਾੜ ਵੀ ਜ਼ਿਆਦਾ ਨਿਕਲਦਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇਹਦੇ ਆਸਤੇ ਘੱਟ ਸਮੇਂ ਦੇ ਵਿੱਚ ਪੱਕਣ ਵਾਲੀਆਂ ਕਿਸਮਾਂ ਨੂੰ ਲਾਉਣ ਦੇ ਲਈ ਕਿਹਾ ਹੈ ਜੋ ਸਾਡੇ ਆਪਣੇ ਪਿਛਲੇ ਨਿੱਜੀ ਤਜਰਬੇ ਹੈ ਪਿਛਲੇ 5 ਸਾਲ ਦੇ ਤਜਰਬੇ ਹੈ ਤਾਂ ਇਹਦੇ ਵਿੱਚ ਅਸੀਂ PR122 ਪੂਸਾ 44 AP R121 PR 114 ਇਸ ਤਰੀਕੇ ਤਾਂ ਲਗਭਗ ਅਲੱਗ-ਅਲੱਗ ਕਿਸਮਾਂ ਝੋਨੇ ਦੀਆਂ ਲਗਾ ਕੇ ਦੇਖੀਆਂ ਜਿਨ੍ਹਾਂ ਦੇ ਵਿੱਚ ਕੇ ਰਿਜ਼ਲਟ ਕਾਫੀ ਜ਼ਿਆਦਾ ਚੰਗੇ ਮਿਲੇ ਹੈ ਤਾਂ ਦੋਸਤੋ ਮੁਬਾਰਕਾਂ ਸਾਰੇ ਪੰਜਾਬ ਵਾਸੀਆਂ ਨੂੰ ਕਿ ਇੱਕ ਨਵਾਂ ਮੈਥਡ ਪੰਜਾਬ ਵਾਸੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਹਾਰ ਵਿਗਿਆਨਕਾਂ ਦੀ ਸਹਾਇਤਾ ਦੇ ਨਾਲ ਇਹ ਇੱਕ ਮੈਥਡ ਮਿਲਿਆ ਤੇ ਇਸ ਮੈਥਡ ਨੂੰ ਅਸਾਨੂੰ ਅਪਣਾਉਣਾ ਚਾਹੀਦਾ ਹੈ ਤੇ ਹੁਣ ਅਸੀਂ ਵੀ ਮੈਂ ਵੀ ਇਸ ਮੈਥਡ ਦਾ ਖੁੱਲ ਕੇ ਜਿਹੜਾ ਹੈਗਾ ਪ੍ਰਚਾਰ ਕਰ ਸਕਦਾ ਕਿਉਂਕਿ ਜਦੋਂ ਇੱਕ ਸੰਸਥਾ ਜਿਹੜੀ ਕਿ ਰਿਸਰਚ ਦੇ ਨਾਲ ਜੁੜੀ ਹੋਈ ਹੈ ਜਿਹੜੀ ਕਿ ਪੰਜਾਬ ਦੀ ਇੱਕ ਸਰਮੌਰ ਸੰਸਥਾ ਹੈਗੀ ਹੈ ਜਿਹੜੀ ਕਿ ਪੰਜਾਬ ਦੀ ਖੇਤੀਬਾੜੀ ਦੀ ਰੀੜ ਦੀ ਹੱਡੀ ਹੈ ਜਦੋਂ ਉਹ ਸੰਸਥਾ ਇੱਕ ਨਵਾਂ ਮੈਥਡ ਰਿਕਮੈਂਡ ਕਰਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਦੇ ਕਿਸਾਨਾਂ ਦਾ ਵਿਸ਼ਵਾਸ ਉਸ ਵਿਧੀ ਦੇ ਵਿੱਚ ਜ਼ਿਆਦਾ ਆਉਂਦਾ ਤਾਂ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ